ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ, ਅੱਜ ਆਪਣੇ ਨਾਗ ਅੰਬ ਦੇ ਨਾਲ ਜੱਗੂ ਦੀ ਹੈ, ਜੱਗੂ ਦੀ ਵੱਢਣੀ ਆ, ਸਤਵੀਰ ਦੀ ਵੱਢਣੀ ਆ। ਸਤਵੀਰ ਉਹਦਾ ਦਲਵੀਰ ਦਾ ਬ੍ਰਦਰੇ ਆ, ਕਜ਼ਨ ਲੱਗਦਾ, ਅਤੇ ਉਹਦੀ ਵੱਢਣੀ ਆ। ਅਤੇ ਜੱਗੂ ਦੇ ਆ ਕੇ ਆਪਣੇ ਅੰਬ ਵਾਲੀ ਮੋਟਰ ਦੇ ਉਹ ਪਿੱਛੇ ਉਹਦੇ ਨਾਲ ਆਹ ਜੱਗੂ ਦੀ, ਅਤੇ ਇੱਥੇ ਲਾਉਣ ਲੱਗੇ ਹਾਂ। ਅਤੇ ਕਈ ਬਾਈ ਮੈਨੂੰ ਫੋਨ ਲਾਉਂਦੇ ਹੋਣੇ, ਵੀਰੇ ਮੇਰਾ ਫੋਨ ਉਹ ਗਿਰ ਗਿਆ, ਅਤੇ ਇਹਦੇ ਕਰਕੇ ਤੁਹਾਨੂੰ ਕਾਲ ਜਿਹੜੇ ਕਰਦੇ ਆ ਵੀਰੇ, ਹੁਣੇ ਮੈਸੇਜ ਆਹ ਫੋਨ 'ਤੇ ਚੱਲਦੇ, ਵਟਸਐਪ 'ਤੇ ਚੱਲਦੇ ਆ, ਮੈਸੇਜ ਕਰ ਲਿਓ ਵੀਰੇ। 10-15 ਦਿਨ ਫੋਨ ਤਾਂ ਮੇਰਾ ਉਹ ਗਿਰ ਗਿਆ, ਤਾਂ ਹੀ ਤੁਹਾਡੀ ਗੱਲਬਾਤ ਨਹੀਂ ਹੁੰਦੀ। ਕੋਈ ਫੋਨ ਕਰਦੇ ਹੁਣੇ, ਹੁਣ 10-15 ਦਿਨ ਤੱਕ ਫਿਰ ਨਵਾਂ ਲਵਾਂਗੇ। ਜੱਗੂ ਕਹਿੰਦਾ SMS ਲਵਾਉਣਾ ਜੀ, SMS ਕੱਸਣਾ ਪੈ ਗਿਆ, ਫਿਰ SMS ਵੱਢਣ ਲੱਗੇ ਜੱਗੂ ਦੇ, SMS ਲਾ ਕੇ। ਅੱਜ ਬਹੁਤ ਦਿਨਾਂ ਬਾਅਦ SMS ਲੱਗਿਆ। ਲੋ ਬਾਈ, ਮਿਲੋ ਜੱਗੂ ਨੂੰ। ਹੋਰ ਜੱਗੂ? ਵਧੀਆ ਵਧੀਆ ਬਾਈ। ਬਾਈ ਕਈ ਬੰਦੇ ਪੁੱਛੀ ਜਾਂਦੇ, ਟਰੈਕਟਰ ਟਰੂਕਟਰ ਦੱਸ, ਕੋਈ ਪੁਰਾਣੇ ਪੁਰਾਣੇ ਆਏ ਹੋਏ ਕੋਈ? ਟਰੈਕਟਰ ਬਾਈ ਆਏ ਹੋਏ, ਹਾਂ ਇੱਕ ਤਾਂ ਕਿਹੜਾ ਆਪਣੇ ਕੋਲ 275 ਖੜਾ। ਅੱਛਾ, 7 ਮਾਡਲ ਜੀ, ਇਹ 7 ਮਾਡਲ। ਕੋਈ ਹੋਰ? ਹੋਰ ਆਪਣੇ ਕੋਲ 735 ਖੜਾ, ਇੱਕ 265 ਖੜਾ ਜੀ, 16 ਮਾਡਲ। ਅੱਛਾ, ਹਾਂ ਜੀ, ਰੋਪੜ ਏਜੰਸੀ ਚ? ਹਾਂ ਰੋਪੜ ਖੜੇ ਆ ਏਜੰਸੀ। ਠੀਕ ਹੈ ਬਾਈ, ਜੱਗੂ ਟਰੈਕਟਰਾਂ ਦਾ ਇਹਨਾਂ ਇੰਡੋਫਾਰਮ ਵਾਲੀ ਏਜੰਸੀ ਲਈ ਗਿਆ, ਅਤੇ ਉੱਥੇ ਕਈ ਬਦਲਾ ਕੇ ਜਾਂ ਪੁਰਾਣਾ ਦੇ ਕੇ ਨਵਾਂ ਲੈ ਜਾਂਦੇ ਆ। ਇੱਕ ਨਾ ਟਰੈਕਟਰ ਆਏ ਹੋਏ ਆ, ਵਧੀਆ ਕੰਮ ਹੈ, ਠੀਕ ਚੱਲੀ ਜਾਂਦਾ? ਵਧੀਆ ਬਾਈ, ਵਧੀਆ ਵਧੀਆ ਬਾਈ, ਠੀਕ ਹੈ ਵੀ ਕੰਮ। ਜੱਗੂ ਦਾ ਨੰਬਰ ਪਹਿਲਾਂ ਵੀ ਦਿਆ ਹੋਇਆ, ਜੇ ਚਾਹੀਦਾ ਹੋਇਆ ਤਾਂ ਮੈਨੂੰ ਮੈਸੇਜ ਕਰ ਦਿਓ, ਉਹ 'ਚ ਵੀ ਦੇ ਦੂੰਗਾ। ਜੱਗੂ ਕਿਹੜਾ ਬੀਜ ਹੈ ਇਹ? ਵੀਰੇ 29 ਆ ਜੀ। ਠੀਕ ਹੈ ਠੀਕ ਹੈ, ਵਧੀਆ। ਪਹਿਲਾਂ ਦੱਸ ਦਿੰਦਾ, ਪਹਿਲਾਂ ਮੈਂ ਘੱਟ ਹੀ ਲਾਇਆ ਲੈਣਾ ਤਾਂ ਇਸਨੂੰ। ਕੋਈ ਗੱਲ ਨਹੀਂ, ਉਹ ਥੋੜ੍ਹਾ ਜਿਹਾ ਇੰਨਾ ਤਾਂ ਕੋਈ ਮਾਰਨਾ ਮੈਂ। ਅੱਛਾ, ਮਲਚਰ ਫੇਰਨਾ ਤਾਂ? ਠੀਕ ਹੈ ਠੀਕ ਹੈ, ਚੱਲ ਵਧੀਆ ਬਾਈ। ਹੋਰ ਨਵੀਂ ਤਾਜੀ? ਵਧੀਆ ਬਾਈ, ਠੀਕ ਠਾਕ। ਡੈਡੀ ਠੀਕ ਆ? ਵਧੀਆ ਬਾਈ, ਠੀਕ ਠਾਕ। ਆਈ ਜਾਂਦਾ ਫੋਨ? ਆ ਜਾਂਦਾ ਬਾਈ। ਬਾਹਰ ਆ ਜੱਗੂ ਦਾ ਡੈਡੀ ਬਾਈ, ਤੂੰ ਵੀ ਲੱਗ ਗਿਆ ਆਇਆ ਤਾਂ? ਹਾਂ ਮੈਂ ਵੀ 5 ਸਾਲ ਆਇਆ। 5 ਸਾਲ ਦਾ ਆਇਆ? 5 ਸਾਲ ਆਇਆ, ਇੱਕੋ ਕੰਪਨੀ ਕੰਮ ਕਰਦੇ ਆ ਜਿੱਥੇ। ਠੀਕ ਆ ਠੀਕ ਆ, ਚਲੋ ਵਧੀਆ। ਕਿੱਥੇ ਦਾ ਬਣਾ? ਕਤਰ ਦਾ ਬਾਈ। ਕਤਰ? ਹਾਂ ਠੀਕ ਆ ਠੀਕ ਆ, ਨਾ ਚੱਲ ਠੀਕ ਆ। ਉਰੇ ਜੱਫੇ ਪਿੱਛੇ ਘਰੇ ਵੀ ਕੋਈ ਚਾਹੀਦਾ? ਹਾਂ ਚਾਹੀਦਾ ਹੈ, ਨਹੀਂ ਘਰਾਂ ਕੋਈ ਯਾਰ ਹੈ ਕਿ ਨਹੀਂ? ਹਾਂ ਨਾ ਨਾ, ਵਧੀਆ ਵਧੀਆ ਕੰਮ ਚੱਲਦਾ, ਠੀਕ ਆ। ਹੁਣ ਡੈਡੀ ਦਾ ਤੇਰਾ ਕਾਫੀ ਪੁਰਾਣਾ ਜਾਂਦਾ ਵੀ? ਡੈਡੀ ਦਾ ਬਹੁਤ 15-16 ਸਾਲ ਹੋ ਗਏ। ਹਾਂ ਹਾਂ ਹਾਂ, ਆਉਂਦਾ ਹੁੰਦਾ ਕਈ ਵਾਰ ਫਾਇਦਾ ਫੋਨ ਮੈਨੂੰ? ਅੱਛਾ ਜੀ, ਹਾਂ ਠੀਕ ਆ। ਉਦਾਂ ਦਾ ਹਾਲ ਚਾਲ? ਮੈਂ ਠੀਕ ਆ ਬਾਈ, ਵਧੀਆ। ਹੋਰ ਚੱਲ ਵੜਦੇ ਆ, ਜਿਹੜਾ ਕੋਈ ਕੋਈ ਡੱਕਾ ਲੱਗਾ ਪਰ। ਠੀਕ ਆ ਬਾਈ, ਫਿਰ ਇੱਧਰ ਦਲਵੀਰ ਨੂੰ ਵੀ ਪੁੱਛਦਾ। ਹਾਂ ਜੀ, ਆ ਗਿਆ ਦਲਵੀਰ। ਕੀ ਹਾਲ ਆ ਦਲਵੀਰ? ਤੂੰ ਆਪਣੀ ਤੈਂ ਵੱਢ ਲਈ, ਲੋਕਾਂ ਦੇ ਖੇਤਾਂ 'ਚ ਪਾਣੀ ਛੱਡੀ ਜਾਂਦਾ ਹੈ? ਉਹ ਦੇਖ ਪਾਣੀ ਬੜਿਆ ਹੋਇਆ, ਹੁਣ ਨੱਕਾ ਬੰਦ ਕਰਿਆ ਉਹ। ਦੋ ਮਿੰਟ ਖੜ ਗਿਆ ਮੈਂ, ਆਇਆ ਦੋ ਮਿੰਟ। ਇੱਧਰ ਬਰਸੀਨ ਨੂੰ ਪਾਣੀ ਛੱਡਿਆ ਹੋਇਆ ਇਹਨੇ, ਲੀਕ ਤਾਂ ਥੋੜ੍ਹਾ ਜਿਹਾ ਹੋਇਆ। ਹਾਂ ਹੁਣ ਦੱਸ, ਬੋਲ ਬੋਲ ਹੁਣ। ਸੋਰੀ ਸੋਰੀ, ਗਲਤੀ ਹੋ ਗਈ, ਸ਼ੀਸ਼ਾ ਖੁੱਲ੍ਹੇ ਰਹਿ ਗਿਆ। ਉਹ ਕੰਮ ਕਰਦੇ ਲਾਲੇ ਵਾਂਗ, ਸੋਰੀ ਸੋਰੀ, ਸ਼ੀਸ਼ਾ ਖੁੱਲ੍ਹਾ ਰਹਿ ਗਿਆ, ਗਾਲਾਂ ਕੱਢਦਾ ਤਾਂ ਗੱਡੀ 'ਚ। ਹੋਰ ਦਲਵੀਰ? ਬਾਈ ਬਰਸੀਨ ਬੀਜਣ ਲੱਗਿਆ ਵਾ ਮੁੰਡਾ ਦਲਵੀਰ। ਅੱਛਾ, ਬਰਸੀਨ ਬੀਜ ਦੇਣੀ ਹੁਣ ਹੈ, ਛਿੱਟਾ ਦੇ ਦਿਆ ਕਿ ਦੇਣਾ? ਹਾਂ, ਇੱਕ 11 ਭੱਜ ਜਾਂਦੀ ਆ। ਠੀਕ ਆ ਠੀਕ ਆ, ਹਾਂ ਬਾਹੀ 11 ਰਹਿ ਗਿਆ ਹੁਣ ਤੇਰਾ, ਬਰਸੀਨ ਬੀਜਣ ਲੱਗਿਆ ਬਾਈ। ਬਾਕੀ ਦਾ ਤਕਰੀਬਨ ਸਭ ਨੂੰ ਪਤਾ ਹੀ ਆ, ਬਰਸੀਨ ਕਿਵੇਂ ਵੀ ਵਾਹ ਕੇ, ਬਸ ਤਵੀਆਂ ਮਾਰੀਆਂ। ਕਿਉਂ ਗਿਆ ਮੇਰੇ ਵੱਲ ਵੜਦੇ? ਫਿਰ ਉਹਨੂੰ ਪਾਣੀ ਭਰਤਿਆ, ਇਹਨੂੰ ਭਰ ਕੇ ਵਾ, ਫਿਰ ਛਿੱਟਾ ਦੇ ਦੇਣਾ ਬਰਸੀਨ, ਫਿਰ ਉੱਗ ਜੂ। ਹੈ ਪਤਲਾ ਤੇ ਪਾਣੀ ਬਹੁਤ ਆ ਨਾ, ਮੋਟਰਾਂ ਖੜੀਆਂ, ਪਾਵਰ ਪੂਰੀ ਹੈ ਤਾਂ ਪੂਰਾ ਮਾਰਦੀ ਆ ਪਾਣੀ। ਹਾਂ ਛਾਲੀਆਂ ਪਈਆਂ, ਨਾਲੇ 5-6 ਇੰਚੀ ਪੈਪ ਹੋਣਾ ਜਿਹ 'ਚ ਪਾਣੀ ਨਿਕਲ ਰਿਹਾ, ਫਿਰ ਅੱਗੇ ਵੀ ਉਛੜ ਰਹੀ ਤੀ। ਕਦਾ ਕੁ ਲੱਗਿਆ ਹੋਇਆ? ਸਵੇਰ ਦਾ ਬਸ ਲੈਟ ਕਦੇ ਆ ਜਾਂਦੇ, ਭੱਜ ਜਾਂਦੇ ਆ ਤੰਗ, ਹੁਣ ਤਾਂ ਕੱਦੀ ਬੀਜ ਹੋ ਜਾਣੀ ਸੀ। ਹੋਰ ਸੁਣਾ ਦਲਵੀਰ, ਬੜਾ ਬੰਦਾ ਉਹ ਆ, ਛੁੱਟੀ ਦਾ ਲਾਹਾ ਲੈ ਗਿਆ। ਹੋਰ ਦਲਵੀਰ ਫਿਰ? ਬਸ ਵਧੀਆ ਜੀ, ਬਸ ਹੁਣ ਅੱਜ ਬਰਸੀਨ ਤੇ ਕਰਤਾ ਹੋ ਜਾਣਾ ਵਿਹਲਾ। ਹੈ ਜੀ, ਹਾਂਜੀ ਯਾਰ, ਇਹਨੂੰ ਬਾਕੀ ਰੋਣੀ ਕਰੂੰਗਾ ਇਹਨੂੰ? ਨਹੀਂ, ਹਾਂ ਗਿੱਲ ਬਹੁਤ ਆ, ਗਿੱਲ ਬਹੁਤ ਆ, ਇੱਕਣੇ ਉਹ ਕਰਕੇ ਕਣਕ ਨੂੰ ਕਿਹੜੇ ਬਹੁਤੀ ਗਿੱਲ ਦੀ ਲੋੜ ਹੁੰਦੀ। ਹਾਂ ਹਾਂ ਵਧੀਆ, ਨਾਲੇ ਕੱਖ ਅੰਡਾ ਨਹੀਂ ਹੁੰਦਾ ਹੈਗਾ, ਅੰਡਾ ਨਹੀਂ ਹੁੰਦਾ। ਹਾਂ
ਹੋਰ ਸੁਣਾ ਨਵੀਂ ਤਾਜ਼ੀ? ਵਧੀਆ ਜੀਰੀ, ਠੀਕ ਆ। ਮੇਰੇ ਜਿਹੜੇ ਸਾਹ ਇਹਦਾ ਝਾੜ ਪੂਰਾ ਨਿਕਲੂਗਾ, ਪੂਰਾ ਹੈਂ ਜੀਰ ਉੱਪਰ ਜਾਊਗਾ। ਇਹਦੀ ਫਾਂਟ ਗਈ ਆ ਹੱਲੇ, ਸਮਝਲਾ, 3 ਕਿੱਲਿਆਂ ਦੀ ਲਾਮ ਆ। ਹਾਂ ਹਾਂ, ਮੰਨ ਲਾ ਕਿੱਲੇ ਵਗੇ ਰਖਾਇਆ ਇਹਨੇ ਮਸ਼ੀਨ ਨੇ, ਮੁਗੂ ਪੈ ਗਿਆ। 29 ਬੀਜ ਆ ਬਾਈ, ਬਾਕੀ ਦੇਖਦੇ ਆ। ਵਧੀਆ ਝਾੜ ਨਿਕਲਦਾ, ਟਰਾਲੀ ਨੂੰ ਕੋਈ ਹੋਰ ਲੈਣੀ ਪੈਣੀ। ਜੱਗੂ ਦਾ ਖੇਤ ਥੋੜਾ ਗਿੱਲਾ ਹੋ ਗਿਆ ਹੇਠਾਂ ਵਾਲਾ, ਤੇ ਜੱਗੂ ਦੀ ਵਿਚਾਰ ਦੀ ਅੱਧ ਵਿਚੱਧ ਵੱਢ ਹੋਈ ਆ। ਦੋ ਵਾਰ ਪੰਗਾ ਪੈ ਗਿਆ ਪਤੰਦਰ ਨੇ, ਪਹਿਲਾਂ ਦੇਖ ਲਿਆ ਇੱਕ ਖੱਤੀ ਵਾਸਤੇ SMS ਲਵਾ ਲਿਆ, ਪਰ ਬਿਨਾਂ SMS ਤੇ ਵੱਢੀ, ਫਿਰ SMS ਲਾਇਆ। ਹੈਂ, ਹਰਸ਼ਵੀਰ ਦਾ ਗੰਨਾ ਗਿਰ ਗਿਆ ਇੱਧਰ ਨੂੰ, ਉਹ ਚੱਕਰ ਹੈ ਉੱਪਰ। ਹਰਸ਼ਵੀਰ ਦਾ ਗੰਨਾ ਵਧੀਆ ਬਹੁਤ ਆ, ਹੈ ਨਾ, ਠੀਕ ਹੈ। ਦਰਮਿਆਨਾ ਜਿਹਾ ਵਧੀਆ ਉਹ ਗਿਰ ਕੇ, ਉਹਨੂੰ ਖਰਾਬ ਵੀ ਹੋ, ਚੂਹਾ ਵੀ ਉਹ ਕਰਦਾ, ਪਰ ਠੀਕ ਹੈ ਗੰਨਾ, ਠੀਕ ਹੈ ਐਤਕੀ, ਬਹੁਤ ਵਧੀਆ ਗੰਨਾ। ਮੈਨੂੰ ਐਂ ਲੱਗਦਾ ਵੀ ਪਿੱਛੇ ਵਾਲੇ ਜਿੰਨਾ ਹੀ ਹੋ ਜਾਣਾ ਨਾਲੇ। ਹਾਂ, ਮੋਢਾ ਆਏ ਨਾਲੇ ਇਹਦਾ, ਇਹ ਲੰਬਾਈ ਜ਼ਿਆਦਾ ਕੱਢ ਗਿਆ ਇਸ ਵਾਰ। ਜੱਗੂ ਵੀ ਪਹੁੰਚ ਗਿਆ। ਅੱਛਾ, ਬਰਸੀਨ ਕੈਸੇ ਬੀਜ ਹੋਤਾ ਹੈ? ਪਾਪਾ ਦੋਗੋਗੇ ਤੂੰ ਆਪੇ? ਸਤਵੀਰ ਦੇ ਵੀ ਵੱਢ ਹੋ ਗਈ, ਝਾੜ ਵਧੀਆ ਦਿਆ 29 ਨੇ। ਮੈਨੂੰ ਲੱਗਦਾ ਜੇ ਪੈ ਵੀ ਜਾਵੇ, ਪਥੈਲੇ ਥੁੱਲੇ ਲਾ ਲਏ ਇਹਨਾਂ ਨੇ ਉੱਪਰ ਵੀ, ਪੱਲੀ ਪਛਾ ਕੇ ਹੇਠਾਂ ਤਾਰ ਲੈਂਦੇ, ਵਧੀਆ ਰਹਿੰਦੇ। ਜ਼ਿਆਦਾ ਹੋ ਜਾਣੇ ਜੀ। ਆਹ ਚੱਲਦੇ ਆ ਦਰਸ਼ਨ ਦੇ, ਇੱਧਰ ਬੰਨੇ ਵਾਲੇ ਖੇਤਾਂ ਵੱਲ ਆ ਕੇ ਜਿੱਥੇ ਗੁਰਪ੍ਰੀਤ ਦੀ ਵੱਢ ਕੇ ਗਏ ਤੇ, ਦਰਸ਼ਨ ਵੀ ਪਹੁੰਚ ਗਿਆ। ਹੋਰ ਕਿੱਦਾਂ ਸਾਹਿਬ ਜੀ ਉੱਥੇ ਰਾਤ ਬੱਬੂ ਮਾਨ ਦੇਖਣ ਗਏ ਤੇ? ਹਾਂ ਨਹੀਂ ਯਾਰ, ਮਿਊਜ਼ਿਕ ਨਹੀਂ ਵਧੀਆ ਕਰਿਆ ਬੰਦਿਆਂ ਨੇ, ਬੱਬੂ ਮਾਨ ਵੀ ਕਹਿ ਕੇ ਗਿਆ ਆਪ, ਮੈਨੂੰ ਵੀ ਸਵਾਦ ਆਇਆ, ਕਹਿੰਦਾ ਪੈਸੇ ਐਂ ਲੱਗਦਾ ਵੀ ਫ੍ਰੀ ਲੈ ਕੇ ਗਿਆ ਮੈਂ। ਮੈਨੂੰ ਦੱਸਦਾ ਤਾ ਤਿੰਦਾ ਦੱਸਦਾ ਤਾ, ਕਹਿੰਦਾ ਵੀ ਗੱਲਬਾਤ ਮਿਊਜ਼ਿਕ ਨੇ ਗੱਲਬਾਤ ਨਹੀਂ ਬਣਾਈ। ਬੱਬੂ ਮਾਨ ਦਾ ਲੱਗਿਆ ਖੁੱਲਾ ਖੜ ਕੱਠ ਦਾ, ਮੈਂ ਦੇਖਿਆ ਅੱਛਾ। ਤੂੰ ਕਹਿੰਦਾ ਤੂੰ ਗਿਆ ਨੀ ਆ, ਤਾਂ ਫਿਰ ਮੈਂ ਹੀ ਜਾਣਾ ਤਾ ਯਾਰ, ਭਾਈ ਮੁੰਡੇ ਨੇ ਜਾਣਾ ਤਾ। ਹੋ ਹਾਂ, ਤੇ ਬਾਈ ਸੋਚ ਮੈਨੂੰ ਕਰਨਾ ਪੈ ਗਿਆ, ਆਫ ਹੋ ਗਿਆ ਮੇਰਾ ਫੋਨ, ਕਈ ਫੋਨ ਕਰਦੇ ਨੇ ਚੰਨਾ ਵੀ ਉਹ ਚੰਨਿਆ ਵਧੀਆ ਗਾਲੇ ਬਾਈ ਚੰਨੇ, ਮੈਂ ਤੈਨੂੰ ਕੋਈ ਕਿਹਾ ਤਾ ਦੇਖਿਆ ਉਹੀ ਬੰਦਾ, ਮੈਂ ਤੈਨੂੰ ਕਿਹਾ ਨੀ ਦਾ ਮੈਨੂੰ ਪਤਾ ਮੈਂ ਹਾਂ ਹੈ ਆ ਚੱਲਦੀ ਆ ਇੱਧਰ ਚੰਨੇ, ਸੂਰ ਨੇ ਸੂਰ ਬੜਾ ਗਾਹ ਪਾਉਂਦਾ ਇੱਧਰ, ਆ ਬੰਦੇ ਨੇ ਸਾਨੂੰ ਬੜਾ ਤੰਗ ਕਰਿਆ ਬਾਈ। ਕਿੱਦਾਂ ਦਰਸ਼ਨ? ਹੋਰ ਚੱਲਦੇ ਪਰ ਪਾ ਰਿਹਾ ਹੈ ਦਾਣੇ, ਹੁਣ ਰੋਕੀ ਆ, ਮੋੜ ਆ ਗਿਆ ਬਾਈ। ਬੀਜੇ ਬਹੁਤ ਤਰ੍ਹਾਂ ਦੇ ਆ ਗਏ, ਆ ਬੀਜ ਦੇਖੋ ਕਿੰਨਾ ਉੱਚਾ ਹੈ, ਜਿਹੜਾ ਦਰਸ਼ਨ ਦੇ ਵੱਢਦੇ ਆ, ਪਤਾ ਨੀ ਕਿਹੜਾ ਬੀਜ ਆ ਇਹ। ਆ 21 ਲੱਗਦੀ ਆ ਮੈਨੂੰ, 21 ਲੱਗਦੀ ਆ ਚੰਨੇ, ਹੈ 21 ਦੀ ਤਾਂ ਲੈਦੀ ਪਛਾਣ ਹੋ ਜਾਂਦੀ, ਇੱਕ ਸਾਲ ਦੀ ਪੱਕਦੀ ਆ ਨਾਲੇ, ਊਂ ਦਰਮਿਆਨੀ ਰਹਿੰਦੀ ਆ। ਆਹ ਅਸਲੀ 21 ਬੀਜ ਆ, ਹੈ ਕਿ ਨਹੀਂ? ਤੇ ਆ ਇਹਨਾਂ ਨੂੰ ਨਾਲੇ ਦੇਖ ਸਾਫ਼ ਪਈ ਆ ਸੁਥਰੀ, ਐਂ ਦੇਖ। ਤੇ ਬਾਈ ਹੁਣ ਮੌਸਮ ਦੱਸਿਆ ਹੋਇਆ ਖਰਾਬ, 26 ਆ, ਹਾਂ 26 ਆ, 21 ਦੋਹਾਂ ਚੋਂ ਇੱਕ ਹੋਊਗਾ ਇਹ, ਹਾਂ ਸੋਚੋ ਇਹਨੇ ਬਾਅਦ ਚ ਲਾਈ ਆ, 26 ਬੀਜ ਆ, 26 ਬੀਜ ਆ ਹੈ ਚੰਨੇ। ਮੈਂ ਕਿਹਾ ਨੈਟ ਕਰਕੇ ਲੋਕਾਂ ਨੂੰ ਕਾਲੀ ਪਈ ਪਈ ਆ ਬਾਈ, ਮੇਰੀ ਜਾਨ ਖਾਧੀ ਪਈ ਆ, ਜਿਹਨੂੰ ਨਾ ਮੰਨ ਲਓ ਵੀ ਹਲੇ 18-19 ਤਰੀਕ ਦੀ ਵੀ, ਉਹ ਵੀ ਕਹਿੰਦਾ ਮੇਰੀ ਅੱਜੇ ਵੱਢਦੇ ਯਾਰ, ਗਿਰਨ ਲੱਗ ਗਈ, 100 ਬਹਾਨੇ ਹੈ, ਬੁਰਾ ਹਾਲ ਬਾਈ, ਤੰਗ ਆਇਆ ਪਿਆ। ਹੁਣ ਨੈਟ ਤਾਂ ਦੱਸੇ ਰਿਹਾ, ਰੱਬ ਨੇ ਹਲੇ ਪਤਾ ਨੀ ਪਾਉਣਾ ਨਹੀਂ ਪਾਉਣਾ, ਹਲੇ ਉਹ ਤਾਂ ਰੱਬ ਦੇ ਹੱਥ ਹੈ, ਆਹ ਨੈਟ ਵਾਲਿਆਂ ਨੇ ਸਾਡੀ ਲੈਦੀ ਜਾਨ ਲੈਣੀ ਕਰੀ ਹੋਈ ਆ, ਪਹਿਲਾਂ ਹੀ ਦੇਖ ਕੇ ਅਗਲਾ ਆਹ ਦੇ ਆਹ ਇੱਦਾਂ ਵੱਢਦੀ ਬਾਈ, ਟਰਾਲੀ ਨੂੰ ਤਾਰਦੇ ਨੀ ਥੱਲੇ। ਅੱਛਾ ਹਾਂ,
ਕੱਲ ਮੰਡੀ ਚ ਮੈਂ ਉਹ ਕਰਕੇ ਆਇਆ 18 ਮੋਚਰ ਵਾਲੀਆਂ ਸਾਡੇ ਪਿੰਡ ਦੇ ਇੱਧਰ ਦੋ ਤਿੰਨ ਟਰਾਲੀਆਂ ਖੜੀਆਂ 18 ਚ ਕਿ ਆ ਜਾ ਉਤਰ ਇੱਕ ਅੱਧਾ ਮੋਚਰ ਤਾਂ ਉਹੀਓ ਘੱਟ ਜਾਂਦਾ ਇੱਕ ਪੁਆਇੰਟ ਦਾ ਤਾਰੀ ਨਹੀਂ ਹੈਗਾ ਭਰ ਕੇ ਖੜਾ ਲਿਆ ਕਹਿੰਦੇ ਕੱਲ ਨੂੰ ਦੇਖਾਂਗੇ ਇੱਕ ਨੇ ਖੜਾ ਕੇ ਫਿਰ ਤਰਪਾਲਾਂ ਪਾ ਕੇ ਆਏ ਹਾਂ ਰਾਤ ਸਾਡੇ ਪਿੰਡ ਤਾਂ ਦੋ ਤਿੰਨ ਟਰਾਲੀਆਂ ਤੀਆਂ ਸੂਰਾਂ ਨੇ ਦਿਲ ਖਿਆਲ ਕਰਿਆ ਵਾ ਆਹ ਸੂਰਾਂ ਨੇ ਦੇਖ ਲਾ ਆਹ ਦੇਖ ਲੋ ਸੂਰਾਂ ਨੇ ਵਿੱਚ ਦੇ ਬੱਟਾਂ ਬੁੱਟਾਂ ਵੀ ਨੀ ਛੱਡਦੇ ਹੈਗੇ ਤਿੰਨ ਦਿਨ ਲਗਾਤਾਰ ਹੈ ਤਿੰਨ ਦਿਨ ਉਹ ਨਾ ਡਰਾ ਚੰਨਿਆ ਤਾਂ ਹੀ ਮੇਰੀ ਜਾਨ ਲੈਣੀ ਕਰੀ ਵੀ ਆ ਬਾਈ 60% ਬਾਈ ਨੰਬਰਦਾਰ ਦਾ ਵਾਕਈ 50 ਹਾਊਸ ਪਾਵਰ ਹੈ ਕੁਆਂਟਰ ਗਿਆ ਮੈਨੂੰ ਪਤਾ ਨਹੀਂ ਤਾਂ ਮੈਂ 5500 ਦਾ ਇਹਨੂੰ 50 ਹਾਊਸ ਪਾਵਰ ਇਹ ਐਂ ਸ਼ਿੰਗਾਰਿਆ ਪਿਆ ਮੁੰਡੇ ਨੂੰ ਸ਼ੌਂਕ ਹੈ ਗੱਡੀ ਵਾਲੀ ਸੀਟ ਲਾਈ ਹੋਈ ਆ ਹੋਰ ਚਿੰਨਿਆ ਚਿੰਨੇ ਉਹਦੇ ਜਿੰਨੇ ਤੈ ਜਾਣਾ ਇਹਦੇ ਬਾਅਦ ਚੰਨੇ ਦੇ ਉਹਦੇ ਬਾਅਦ ਉੱਥੇ ਬਿੱਦੂ ਦੇ ਮੈਨੂੰ ਮਾੜਾ ਕੰਮ ਹੈ ਮੈਂ ਜਾ ਕੇ ਆਉਣਾ ਮੰਡ ਜੇ ਦੇਖ ਕੇ ਆਉਣਾ ਰਸਤਾ ਜਿਹਾ ਠੀਕ ਆ ਇੱਥੇ ਨੂੰ ਕੱਟ ਲਾ ਕੇ ਆਪਾਂ ਨੇ ਕੱਢ ਲੈਣੇ ਆ ਹੋਰ ਦਰਸ਼ਨ ਹੋ ਗਿਆ ਵਿਹਲਾ ਉਰੇ ਅੱਛਾ ਮੈਨੂੰ ਆਉਂਦਾ ਸੀ ਕਾਹਤੇ ਪੜ੍ਹਾਈ ਛੇਤੀ ਇਹ ਮੌਸਮ ਖਰਾਬ ਦੱਸਿਆ ਹੋਇਆ ਜਾਣ ਲਓ ਬਾਈ ਜੀ ਹੋਰ ਇਹ ਕਹਿੰਦਾ ਮੇਰਾ ਇੱਧਰ ਵਾਲਾ ਵੱਢਦੇ ਆ ਵੱਢਣਾ ਦੂਏ ਪਾਸੇ ਤਾਂ ਅੱਜ ਕਹਿੰਦਾ ਉੱਧਰ ਸਰ ਜੂਗਾ ਇੱਧਰ ਵੱਢਦੇ ਇੱਧਰ ਵੱਢਦੇ ਹੈਂ ਇੱਥੇ ਝਾੜ ਸੋਹਣਾ ਨਿਕਲਿਆ ਬੀਜ ਕਿਹੜਾ ਦਾ ਦਰਸ਼ਨ ਝਾੜ ਇਹ ਬੀਜ ਹੈਗਾ 27 ਹੋਰ ਠੀਕ ਠਾਕ ਇਹਨੂੰ ਹੁਣ ਫਿਰ ਮੰਡੀ ਨੂੰ ਵੀ ਲੈ ਜਾ ਜੇ ਮੌਸਮ ਖਰਾਬ ਦੱਸਿਆ ਵਾ ਅੱਛਾ ਅੱਛਾ ਚੱਲ ਹੁਣ ਮੈਂ ਚੱਲਦਾ ਕਮਾਲ ਪਰ ਉਧਰ ਹੁਣ ਲੱਗਣੀ ਆ ਚੰਨੇ ਦੇ ਵੜਤੀ ਬਿੱਲੂ ਦੇ ਆ ਕੇ ਬਿੱਲੂ ਰੋਲਾ ਜ਼ਿਆਦਾ ਪਾਉਂਦਾ ਕੰਮ ਘੱਟ ਕਰਦਾ ਇਹ ਟੋਰ ਤੇ ਖੜਿਆ ਦੇਖ ਲਓ ਲਓ ਜੀ ਨਿੰਦਰ ਨੂੰ ਮਿਲੋ ਪਹਿਲਾਂ ਹਾਲਤ ਦੇਖੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬੁਰੀ ਹਾਲਤ ਆ ਬਾਈ ਪੁੱਛ ਨਾ ਕੋਈ ਹਲਦੀ ਡੋਡੀ ਡੋਡੀ ਵਾਲੀ ਜੀਰੀ ਆ ਸਾਰੀ ਦਿਹਾੜੀ ਵੱਢ ਕੇ ਦੇਖ ਲਓ ਜੀ ਬੁਰਾ ਹਾਲ ਹੋ ਲੋਕ ਕਹਿੰਦੇ ਨੇ ਕਮਾਈਨਾਂ ਵਾਲੇ ਬੰਦੇ ਡਰਾਈਵਰ ਪੈਸੇ ਜ਼ਿਆਦਾ ਮੰਗਦੇ ਆ ਬਹੁਤ ਔਖੇ ਆ ਬਾਈ ਥੁੱਕ ਵੀ ਆਇਆ ਜਾਂਦਾ ਹੈ ਟੋਬੇ 'ਚ ਰਿਆਈ ਹੁੰਦੀ ਬਾਈ ਬੜਾ ਔਖਾ ਕੰਮ ਆ ਹੁਣ ਬੜਾ ਧੱਕਾ ਖੜਕਦਾ ਪੂਰਾ ਹੁਣ 9 ਵਜੇ ਹੋਏ ਆ ਹੁਣ ਵੀ ਡੀਜ਼ਲ ਪਵਾ ਕੇ ਖੜਾਈ ਆ ਵੀ ਸਵੇਰੇ ਸਾਜਰੇ ਲੈ ਕੇ ਜਾਣੀ ਆ ਤੇ ਹੁਣ ਬਾਈ ਤੇ ਇੱਕ ਗੱਲ ਹੋਰ ਵੀ ਰਹੇ ਇੱਕ ਨਾ ਸਾਡੇ ਮਨੇਲਾ 'ਚ ਬਹੁਤ ਸਾਡੀ ਵੀਡੀਓ ਦੇਖਦੇ ਆ ਕੰਟਰੀ ਮਨੇਲਾ ਤੁਸੀਂ ਜਾਣਦੇ ਆ ਅਤੇ ਉੱਥੇ ਦੇ ਵੀ ਕਾਫੀ ਸਾਡੀ ਵੀਡੀਓ ਦੇਖਦੇ ਆ ਅਤੇ ਉੱਥੇ ਦੇ ਇੱਕ ਵੀਡੀਓ ਜਿਹੜੇ ਦੇਖਦੇ ਸੀ ਉਹ ਨਿੰਦਰ ਦੇ ਰਿਸ਼ਤੇਦਾਰ ਨਿਕਲੇ ਕੋਈ ਅੱਗੇ ਤੋਂ ਅੱਗੇ ਅਤੇ ਉਹਨਾਂ ਨੇ ਫਰਮਾਇਸ਼ ਪਾਈ ਆ ਵੀ ਉਹਨਾਂ ਦਾ ਚੈਨਲ ਆ ਜੀ ਬਟ ਕਹਿੰਦੇ ਤੁਹਾਨੂੰ ਮੈਂ ਦੇਖ ਕੇ ਸ਼ੁਰੂ ਕਰਿਆ ਸੀ ਵੀ ਫ੍ਰੀ ਹੋਏ ਹੋਏ ਤੇ ਲੋਕਡਾਊਨ ਕਰਕੇ ਲੋਕਡਾਊਨ 'ਚ ਵਿਹਲੇ ਬੈਠੇ ਚਲੋ ਉਹਦੇ ਕਰਕੇ ਉਹਨਾਂ ਨੇ ਵੀ ਕਹਿੰਦੇ ਚਲੋ ਅਸੀਂ ਵੇਖਣਾ ਚੈਨਲ ਮਨੇਲਾ ਬਾਰੇ ਉੱਥੇ ਬਾਰੇ ਕਿਵੇਂ ਕੰਟਰੀ ਹੈ ਕਿਆ ਉਹਦੇ ਬਾਰੇ ਸਾਰਾ ਕੁਝ ਦੱਸਦੇ ਆ ਉਹ ਵਧੀਆ ਮੈਂ ਦੇਖੀ ਆ ਉਹਨਾਂ ਦੀ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਪੁਰਾਣੇ ਗਏ ਹੋਏ ਲੱਗਦੇ ਮੈਨੂੰ ਬੋਲੀ ਵੀ ਉਹਨਾਂ ਦੀ ਸਾਰੀ ਲੱਗਦੀ ਆ ਇਹਦੇ ਪੁਰਾਣੇ ਗਏ ਹੋਏ ਆ ਵਧੀਆ ਚੈਨਲ ਉਹਨਾਂ ਦਾ ਚੈਨਲ ਦਾ ਨਾਮ ਹੈਗਾ ਸ਼ੀਨਾ ਬਲੌਗ ਸ਼ੀਨਾ ਬਲੌਗ ਹਾਂ ਸ਼ੀਨਾ ਬਲੌਗ ਦਾ ਅਤੇ ਉਹਨਾਂ ਦੀ ਰਿਕੁਐਸਟ ਆਈ ਆ ਕਿ ਵੀਰ ਜੀ ਅਸੀਂ ਤੁਹਾਨੂੰ ਕਰਦੇ ਫੋਲੋ ਕਰਦੇ ਹਾਂ ਵੀ ਸਾਡੀ ਥੋੜ੍ਹੀ ਜਿਹੀ ਉਹ ਕਰ ਲਓ ਮੈਂ ਕਈ ਵਾਰ ਪਹਿਲਾਂ ਵੀ ਆਇਆ ਉਹਨਾਂ ਦੇ ਮੈਸੇਜ ਆਉਂਦੇ ਹੁੰਦੇ ਆ ਮੇਰੇ ਵਟਸਐਪ ਇਸੇ ਵੀ ਵੀਡੀਓ 'ਚ ਅਤੇ ਵੀਰ ਰਿਕੁਐਸਟ ਹੈ ਵੀ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਵਧੀਆ ਬਲੌਗ ਬਣਾਉਂਦੇ ਆ ਜੀ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਉਹਨਾਂ ਬਾਕੀ ਮੈਂ ਆਪਣੀ ਵੀਡੀਓ 'ਚ ਲਿੰਕ ਵੀ ਪਾ ਦੂੰਗਾ ਉਹ 'ਚ ਦੇਖ ਲਿਓ ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ 'ਚ ਲਿੰਕ ਪਾ ਦੂੰਗਾ ਉਹ ਬੋਲ ਕੇ ਵੀ ਤੁਹਾਨੂੰ ਦੱਸਤਾ ਸ਼ੀਨਾ ਸ਼ੀਨਾ ਬਲੌਗਸ ਹੈ ਨਾ ਦੇਖੋ ਵੀਡੀਓ ਕੱਟ ਕੇ ਵਧੀਆ ਮਨੇਲਾ ਕੰਟਰੀ ਬਾਰੇ ਸਾਰਾ ਕੁਛ ਉਹਨਾਂ ਨੇ ਦੱਸਿਆ ਮੈਂ ਅੱਜ ਫਿਰ ਦੇਖਿਆ ਉਹਨਾਂ ਦੇ ਜਦ ਇਹਨੇ ਆ ਕੇ ਮੈਨੂੰ ਦੱਸਿਆ ਪਹਿਲਾਂ ਬਹੁਤ ਵਧੀਆ ਵੀਡੀਓ ਬਣਾਈ ਹੈ ਮੌਲਾ ਮੂਲਾ ਦੀ ਸ਼ੋਪਿੰਗ ਸ਼ੋਪਿੰਗ ਕਰਦੇ ਜੋਰ ਆਪਣਾ ਗੁਰਦੁਆਰਾ ਸਾਹਿਬ ਦਿਖਾਉਂਦੇ ਸਾਰੇ ਹਾਂ ਸਾਰੇ ਇੱਧਰ ਕੰਟਰੀਆਂ ਬਾਰੇ ਦੱਸਿਆ ਹੋਇਆ ਵੀ ਇੱਕ ਨਾ ਇੱਕ ਨਾ ਉਹ ਹੈ ਥੋੜਾ ਕੰਮ ਘਟਨੇ ਕਰਕੇ ਕਹਿੰਦੇ ਅਸੀਂ ਵੀ ਚਲੋ ਘਰੇ ਬੈਠੇ ਤੇ ਅਸੀਂ ਤੁਹਾਨੂੰ ਦੇਖ ਕੇ ਕਹਿੰਦੇ ਵੀ ਚਲੋ ਜਾ ਕੇ ਤੇ ਗੁਰਦੁਆਰੇ ਟਾਈਮ ਪਾਸ ਹੋ ਜਾਂਦਾ ਹੋਰ ਕੁਛ ਨਹੀਂ ਕਹਿੰਦਾ ਅਸੀਂ ਆ ਕਰਨ ਲੱਗ ਗਏ ਕਹਿੰਦੇ ਮੈਂ ਚਲੋ ਕੋਈ ਗੱਲ ਨਹੀਂ ਹੁਣ ਇਹਨੇ ਹੁਣ ਰਿਕੁਐਸਟ ਕਰੀ ਆਪਾਂ ਨੂੰ ਬਾਈ ਉਹਨਾਂ ਨੇ ਵੀ ਫੋਨ ਆਇਆ ਸੀ ਮੈਨੂੰ ਪਾਪਾ ਦਾ ਵੀ ਕਿਹਾ ਆਪਾਂ ਨੇ ਕਹਿਤਾ ਤੁਹਾਨੂੰ ਬੇਨਤੀ ਕਰਤੀ ਠੀਕ ਹੈ ਮੇਰਾ ਨੰਬਰ ਨਹੀਂ ਯਾਰ ਉਹਨਾਂ ਕੋਲ ਚਲੋ ਸਾਨੂੰ ਨੰਬਰ ਨਹੀਂ ਮਿਲਦਾ ਹੈਗਾ ਸਾਨੂੰ ਕਾਲੇ ਬਾਈ ਦਾ ਨਹੀਂ ਚਲੋ ਮੈਂ ਤਾਂ ਪਹਿਲਾਂ ਕਿੰਨੀ ਵਾਰ ਵੀਡੀਓ 'ਚ ਦਿੱਤਾ ਅਤੇ ਬਾਈ ਸਾਡੀ ਹਾਲਤ ਇਹਦੀ ਵੀ ਇਹਦੇ ਜ਼ਿਆਦਾ ਮੇਰੀ ਆਹ ਮੌਸਮ ਦੇ ਨੈੱਟ ਨੇ ਮੈਂ ਫਿਰ ਕਹਿੰਦਾ ਨੈੱਟ ਦਾ ਆਹ ਸੀਜ਼ਨ ਦੇ ਟਾਈਮ ਦਾ ਨੈੱਟ ਬੰਦ ਹੋਣਾ ਚਾਹੀਦਾ
ਨੇਰੀ ਲਾਈ ਪਈ ਆ ਜੀ ਫੁਲਪੜੀਆਂ ਐ ਕਰਦੀਆਂ ਵੀ ਹਾਂ ਵੀ ਕਿਆ ਹੋ ਰਿਹਾ ਕਿਆ ਨਹੀਂ ਹੁਣ ਤੇ ਪੈ ਕੇ ਪਤਾ ਹੀ ਲੱਗਣਾ 3:30 ਫਿਰ ਅਲਾਰਮ ਵੱਜਣਾ ਫਿਰ ਮੈਸਾਂ ਚੋਣੀਆਂ ਸਾਰੇ ਦਿਨ ਦਾ ਨੀ ਪਤਾ ਲੱਗਦਾ ਔਰ ਹੁਣ ਤੇ ਪੈ ਕੇ ਐਂ ਨੀ ਪਤਾ ਲੱਗਣਾ ਕਿੱਥੇ ਪਏ ਆ ਕਿਆ ਨਹੀਂ ਰੋਟੀ ਖਾਂਦੇ ਸਾਰ ਇੱਕ ਨਾ ਨੀਂਦ ਆਉਣੀ ਵੀ ਗੱਲ ਛੱਡ ਦੋ ਤੇ ਹੁਣ ਵੀ ਜਿੱਦਾਂ ਲੱਗੇ ਬਸ ਐਂ ਹੁੰਦਾ ਵੀ ਬੰਦਾ ਪੀਂਦਾ ਦੁੱਧ ਪੀਂਦਾ ਪਿਆ ਹੀ ਰਹਿ ਜਾਂਦਾ ਕਹਿ ਦਿੰਦਾ ਵੀ ਪਿਆ ਮੈਨੂੰ ਹੁਣ ਆਇਆ ਪਤਾ ਵੀ ਹੁਣ 3 ਵੱਜ ਗਏ ਮੇਰਾ ਦੁੱਧ ਦਾ ਗਲਾਸ ਆ ਜਾਣਾ ਮੈਂ ਦੁੱਧ ਦਾ ਤਾਂ ਪੀਂਦੇ ਹੀ ਨੀ ਰੋਕਣੇ ਪਿਆ ਮੈਂ ਪੀਂਦਾ ਵਾ ਪੈ ਗਿਆ ਬਸ ਫੇਰ ਨੀ ਉੱਠਦਾ ਹੀ ਨੀ ਚਲੋ ਠੀਕ ਹੈ ਜੀ ਆਹ ਵੀਡੀਓ ਇੱਥੇ ਤੱਕ ਮਿਲਦਾ ਕਿਸੇ ਹੋਰ ਵੀਡੀਓ 'ਚ ਜੇ ਵੀਡੀਓ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਹੁਣ ਵਿੱਚ ਨੂੰ ਵੱਧ ਗਏ ਜੀ ਹੁਣ ਫੇਰ ਰੁਕ ਗਏ ਸਬਸਕ੍ਰਾਈਬਰ ਥੋੜ੍ਹਾ ਤੇਜ਼ ਹੋਰ ਕਰ 50% ਨੇ ਨਹੀਂ ਅਜੇ ਕਰਿਆ ਉਹ ਸਬਸਕ੍ਰਾਈਬ 50% ਤੇ 52% ਨੇ ਨਹੀਂ ਕਰਿਆ ਜਿਹੜੇ ਵੀਡੀਓ ਦੇਖਦੇ ਆ ਪਰ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਜਿਹੜਾ ਲਾਲ ਤੁਹਾਡਾ ਆਉਂਦਾ ਉਹਨੂੰ ਉਹਦੇ ਹੱਥ ਮਾਰ ਦਿਓ ਜੀ ਸਬਸਕ੍ਰਾਈਬ ਹੋ ਜਾਊਗਾ ਚਲੋ ਮਿਲਦੇ ਨੇ ਕਿਸੇ ਹੋਰ ਵੀਡੀਓ 'ਚ